ਪ੍ਰਾਈਮ ਸੌਰਭ ਚੈਨਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ, ਜੇਕਰ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ, ਅਤੇ ਜਿਹਨਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਉਹਨਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰ। ਸਭ ਤੋਂ ਪਹਿਲੀ ਨਿਊਜ਼ ਆ ਰਹੀ ਹੈ ਤੁਰਕੀ ਤੋਂ। ਦੱਸਿਆ ਜਾ ਰਿਹਾ ਹੈ ਕਿ ਦੱਖਣੀ ਤੁਰਕੀ ਦੇ ਅੰਤਾਲੀਆ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਰੂਸੀ ਜਹਾਜ਼ ਦੇ ਇੰਜਨ ਨੂੰ ਅੱਗ ਲੱਗ ਗਈ ਹੈ। ਜਹਾਜ਼ ਵਿੱਚ 95 ਲੋਕ ਸਵਾਰ ਸਨ, ਅਤੇ ਇਹ ਜਿਹੜੇ ਜਾਣਕਾਰੀ ਹੈਗੀ ਤੁਰਕੀ ਦੇ ਟਰਾਂਸਪੋਰਟ ਜਿਹੜੇ ਮਿਨਿਸਟਰੀ ਹੈਗੀ ਉਹਨਾਂ ਨੇ ਦਿੱਤੀ ਹੈ। ਦੱਸਿਆ ਹੈ ਕਿ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿੱਤਾ ਗਿਆ ਹੈ। ਇਸ ਉਡਾਣ ਦੇ ਵਿੱਚ 99 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ, ਅਤੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਦੇ ਟਾਈਮ ਦੇ ਮੁਤਾਬਕ ਕਰੀਬਨ ਰਾਤ 9:34 'ਤੇ ਜਹਾਜ਼ ਦੇ ਅੰਤਾਲੀਆ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਪਾਇਲਟ ਨੇ ਇੰਜਨ ਦੇ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ, ਅਤੇ ਜਿਸ ਤੋਂ ਬਾਅਦ ਹਵਾਈ ਅੱਡੇ ਦੇ ਬਚਾਅ ਅਤੇ ਫਾਇਰ ਬ੍ਰਿਗੇਡ ਨੇ ਤੁਰੰਤ ਅੱਗ ਬੁਝਾਉਣ ਵਾਲੇ ਯੰਤਰਾਂ ਦੇ ਦੁਆਹੀ ਅੱਗ ਬੁਝਾਉਣ ਦਾ ਕੰਮ ਕੀਤਾ। ਅਤੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਸ ਘਟਨਾ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ, ਅਤੇ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੁਰੰਤ ਪਤਾ ਨਹੀਂ ਲੱਗ ਪਾਇਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਹਿੰਦ ਮਹਾਸਾਗਰ ਦੇ ਵਿੱਚ 2 ਕਿਸ਼ਤੀਆਂ ਦੇ ਪਲਟਣ ਦੇ ਨਾਲ 24 ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਇਸ ਦੀ ਜਾਣਕਾਰੀ ਸੋਮਾਲੀਆ ਸਰਕਾਰ ਨੇ ਐਤਵਾਰ ਨੂੰ ਇਹ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ 46 ਲੋਕ ਜਿਹੜੇ ਸੀਗੇ ਲੋਕਾਂ ਨੂੰ ਬਚਾ ਲਿੱਤਾ ਗਿਆ ਹੈ, ਅਤੇ 24 ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਜਿਹੜੇ ਜ਼ਿਆਦਾਤਰ ਯਾਤਰੀ ਸਨ ਇਹ ਸੋਮਾਲੀਆ ਦੇ ਰਹਿਣ ਵਾਲੇ ਸਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਯੂਕੇ ਤੋਂ। ਯੂਕੇ ਤੋਂ ਹੁਣ ਭਾਰਤੀ ਜਿਹੜੇ ਵਿਦਿਆਰਥੀ ਹੈਗੇ ਅਤੇ ਡਾਕਟਰ ਹੈ ਉਹਨਾਂ ਲਈ ਇੱਕ ਵੱਡੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿਹੜੀ ਆਯੁਰਵੈਦਿਕ ਦਵਾਈਆਂ ਹੈਗੀਆਂ ਉਹ ਜ਼ਿਆਦਾ ਤੇਜ਼ੀ ਦੇ ਨਾਲ ਲੋਕਪ੍ਰਿਯ ਹੋ ਰਹੀਆਂ ਹਨ, ਅਤੇ ਇਸ ਤੋਂ ਬਾਅਦ ਉੱਥੇ ਦੀ ਯੂਕੇ ਦੀ ਨੈਸ਼ਨਲ ਹੈਲਥ ਸਰਵਿਸ ਦੇ ਵਿੱਚ ਆਯੁਰਵੇਦ ਨੂੰ ਰਸਮੀ ਤੌਰ 'ਤੇ ਸ਼ਾਮਲ ਕਰਨ ਦੀ ਜਿਹੜੀ ਪ੍ਰੋਸੈਸਿੰਗ ਹੈਗੀ ਸ਼ੁਰੂ ਹੋ ਗਈ ਹੈ। ਅਤੇ ਇਸ ਦੇ ਕਰਕੇ ਹੁਣ ਦੱਸਿਆ ਜਾ ਰਿਹਾ ਕਿ ਅਗਲੇ 5 ਸਾਲਾਂ ਦੇ ਵਿੱਚ ਯੂਕੇ ਦੇ ਵਿੱਚ ਲਗਭਗ 10,000 ਆਯੁਰਵੈਦਿਕ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ, ਅਤੇ ਜਿਸ ਨਾਲ ਭਾਰਤੀ ਆਯੁਰਵੈਦਿਕ ਡਾਕਟਰਾਂ ਨੂੰ ਇੱਕ ਵੱਡਾ ਮੌਕਾ ਮਿਲੇਗਾ। ਯੂਕੇ ਦੇ ਵਿੱਚ ਆਯੁਰਵੈਦਿਕ 'ਤੇ ਆਧਾਰਿਤ ਸੁੰਦਰਤਾ ਵਿੱਦਿਅਕ ਅਤੇ ਸਿਹਤ ਸੇਵਾਵਾਂ ਸੰਸਥਾਵਾਂ ਦੀ ਗਿਣਤੀ ਵੀ ਅਗਲੇ 5 ਸਾਲਾਂ ਦੇ ਵਿੱਚ 100 ਤੋਂ ਲੈ ਕੇ 500 ਤੱਕ ਵਧਣ ਦੀ ਸੰਭਾਵਨਾ ਹੈ। ਅਤੇ ਆਯੁਰਵੈਦਿਕ ਡਾਕਟਰਾਂ ਦੀ ਭਰਤੀ ਦੇ ਲਈ ਜਿਹੜੀ ਇੰਡੀਅਨ ਡਿਗਰੀ ਹੈਗੀ ਹੈ ਉਸਨੂੰ ਮਾਨਤਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਕੈਨੇਡਾ ਤੋਂ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਦੇ ਦੁਆਰਾ ਹੁਣ ਸਖ਼ਤ ਫੈਸਲੇ ਲਿੱਤੇ ਜਾ ਰਹੇ ਹਨ, ਅਤੇ ਜਿਸ ਦੇ ਨਾਲ ਪੰਜਾਬੀਆਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਹਨ, ਅਤੇ ਪੰਜਾਬੀਆਂ ਦੀ ਮੁਸ਼ਕਲਾਂ ਹੁਣ ਜਿਹੜੀ ਉੱਥੇ ਦੀ ਸਰਕਾਰ ਹੈ ਵਧਾਉਣ ਜਾ ਰਹੀ ਹੈ। ਹੁਣ ਪੰਜਾਬੀਆਂ ਦੇ ਕੈਨੇਡਾ ਦੇ ਵਿੱਚ ਪੱਕੇ ਹੋਣ ਦੇ ਜਿਹੜੇ ਆਖਰੀ ਰਸਤਾ ਸੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵੀ ਬੰਦ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਦੇ ਦੁਆਰਾ ਇਹ ਖੁਲਾਸਾ ਕੀਤਾ ਗਿਆ ਹੈ ਕਿ LMI ਦੇ ਰਾਹੀਂ ਮਿਲਣ ਵਾਲੇ 50 ਵਾਧੂ ਅੰਕਾਂ ਦੀ ਸਹੂਲਤ ਖਤਮ ਜਿਹੜੀ ਕੀਤੀ ਜਾ ਰਹੀ ਹੈ, ਅਤੇ ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਹੁਣ ਇਹ ਜਿਹੜੇ 50 ਅੰਕ ਉਹਨਾਂ ਨੂੰ ਵਾਧੂ ਮਿਲਦੇ ਸਨ ਇਹਨਾਂ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ। ਇਸ ਟਾਈਮ 'ਤੇ ਜਿਹੜੇ ਐਪਲੀਕੈਂਟ ਹੈਗੇ ਆ ਇੱਕ LMIA ਲਈ 50 ਅੰਕ ਜਾਂ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਅਧੀਨ 200 ਅੰਕ ਪ੍ਰਾਪਤ ਕਰ ਸਕਦੇ ਸਨ, ਅਤੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਨਾਂ 'ਤੇ ਲੋਕਾਂ ਨੂੰ ਠੱਗਿਆ ਵੀ ਜਾ ਰਿਹਾ ਸੀ, ਅਤੇ ਕਾਲਾਬਾਜ਼ਾਰੀ ਕਰਦੇ ਇਸ ਪੇਪਰ ਦੇ ਲਈ $70,000 ਦੀ ਮੰਗ ਕੀਤੀ ਜਾਂਦੀ ਸੀ। ਅਤੇ ਇਸ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਹੁਣ ਸਖਤੀ ਕਰਨ ਜਾ ਰਿਹਾ ਹੈ, ਅਤੇ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਬਗੈਰ ਲਾਇਸੈਂਸ ਤੋਂ ਕੰਮ ਕਰ ਰਹੇ ਇਮੀਗ੍ਰੇਸ਼ਨ ਜਿਹੜੇ ਸਲਾਹਕਾਰ ਹੈ ਇਸ ਦਾ ਸਭ ਤੋਂ ਵੱਧ ਫਾਇਦਾ ਉਠਾ ਰਹੇ ਹਨ, ਅਤੇ ਪੰਜਾਬੀ ਨੌਜਵਾਨਾਂ ਨੂੰ LMI ਦੇ ਰਾਹੀਂ ਪੱਕਾ ਕਰਵਾਉਣ ਦਾ ਲਾਰਾ ਲਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੇ ਏਜੰਟਸ ਹੈਗੇ ਆ ਉਹਨਾਂ ਵੱਲੋਂ LMI ਦੇ ਰਾਹੀਂ ਯਕੀਨੀ PR ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਲੋਕਾਂ ਨੂੰ ਫਰਜ਼ੀ ਨੌਕਰੀਆਂ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ ਤੇ ਨੌਜਵਾਨ ਵੱਡੇ ਪੱਧਰ ਤੇ ਉੱਥੇ ਸ਼ੋਸ਼ਣ ਹੋ ਰਿਹਾ ਹੈ। ਤੇ ਇਸ ਵੇਲੇ ਕੈਨੇਡੀਅਨ PR ਲਈ ਜਿਹੜਾ CRS ਸਕੋਰ ਹੈਗਾ ਆ 500 ਤੋਂ ਉੱਤੇ ਚੱਲ ਰਿਹਾ ਹੈ ਤੇ LMIA ਦਾ ਸਕੋਰ ਜਿਹੜਾ ਹੈਗਾ ਆ 50 ਅੰਕ ਵਾਧੂ PR ਦਿਵਾਉਣ ਵਿੱਚ ਕੀਤੇ ਜਾ ਰਹੇ ਹਨ। ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਇਸ ਸਹੂਲਤ ਦੀ ਵਰਤੋਂ ਜਿਹੜੀ ਠੱਗੀ ਥੋਰੀ ਲਈ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਹੁਣ ਜਿਹੜੀ ਕੈਨੇਡਾ ਸਰਕਾਰ ਦੇ ਦੁਆਰਾ ਹੁਣ ਇਹ ਜਿਹੜੀ ਅਸੈਸਮੈਂਟ ਹੈਗੀ ਆ ਇਹ ਜਿਹੜੀ ਸਹੂਲਤ ਹੈ ਇਸ ਨੂੰ ਵੀ ਬੰਦ ਕਰਨ ਦਾ ਫੈਸਲਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਆਪਾਂ ਦੇਖ ਲੈਂਦੇ ਹਾਂ ਅੱਜ ਦੇ ਕਰੰਸੀ ਰੇਟ। ਡੋਲਰ ਦਾ ਰੇਟ ਚੱਲ ਰਿਹਾ ਹੈ 84 ਰੁਪਏ 36 ਪੈਸੇ, ਕੈਨੇਡੀਅਨ ਡੋਲਰ ਦਾ ਰੇਟ ਚੱਲ ਰਿਹਾ ਹੈ 60 ਰੁਪਏ 50 ਪੈਸੇ, ਆਸਟ੍ਰੇਲੀਆ ਦੇ ਡੋਲਰ ਦਾ ਰੇਟ ਚੱਲ ਰਿਹਾ 55 ਰੁਪਏ 3 ਪੈਸੇ, ਯੂਰੋ ਦਾ ਰੇਟ ਚੱਲ ਰਿਹਾ 88 ਰੁਪਏ 39 ਪੈਸੇ, ਨਿਊਜ਼ੀਲੈਂਡ ਦੇ ਡੋਲਰ ਦਾ ਰੇਟ ਚੱਲ ਰਿਹਾ 49 ਰੁਪਏ 37 ਪੈਸੇ, ਅਰਬ ਅਮਰਾਤ ਦੇ ਦਰਾਮ ਦਾ ਰੇਟ ਚੱਲ ਰਿਹਾ 22 ਰੁਪਏ 97 ਪੈਸੇ ਅਤੇ ਪੌਂਡ ਦਾ ਰੇਟ ਚੱਲ ਰਿਹਾ 106 ਰੁਪਏ 23 ਪੈਸੇ। ਇਸ ਤੋਂ ਬਾਅਦ ਆਪਾਂ ਦੇਖ ਲੈਂਦੇ ਹਾਂ ਅੱਜ ਦਾ ਜਿਹੜਾ ਵੈਦਰ ਹੈਗਾ ਇਟਲੀ ਦੇ ਵਿੱਚ ਚੱਲ ਰਿਹਾ ਹੈ। ਵਾਰੀ ਦੇ ਵਿੱਚ 5 ਡਿਗਰੀ, ਬੈਰਗਮੋ ਦੇ ਵਿੱਚ 5 ਡਿਗਰੀ, ਬੋਲਾਨੀਆ ਦੇ ਵਿੱਚ 4 ਡਿਗਰੀ, ਬ੍ਰੇਸ਼ੀਆ ਵਿੱਚ 5 ਡਿਗਰੀ, ਕਲਾਰੀਆ ਦੇ ਵਿੱਚ 16 ਡਿਗਰੀ, ਕਤਾਨੀਆ ਦੇ ਵਿੱਚ 6 ਡਿਗਰੀ, ਫੈਰਾਰਾ ਦੇ ਵਿੱਚ 23 ਡਿਗਰੀ, ਫਲੋਰੈਂਸ ਦੇ ਵਿੱਚ 4 ਡਿਗਰੀ, ਫੌਜਾ ਦੇ ਵਿੱਚ 0 ਡਿਗਰੀ, ਫੋਰਤੀ ਦੇ ਵਿੱਚ 1 ਡਿਗਰੀ, ਜਨੋਵਾ 'ਚ 9 ਡਿਗਰੀ, ਮਿਲਾਨ 'ਚ 6 ਡਿਗਰੀ, ਨੇਪਲਸ ਦੇ ਵਿੱਚ 5 ਡਿਗਰੀ, ਪਲੈਰਮੋ 'ਚ 16 ਡਿਗਰੀ, ਪਰੂਜਿਆ 'ਚ 0 ਡਿਗਰੀ, ਰੋਮਾ 'ਚ 4 ਡਿਗਰੀ, ਤਰੰਤੋ 'ਚ 5 ਡਿਗਰੀ, ਤ੍ਰਿਸਟੇ 'ਚ 7 ਡਿਗਰੀ, ਤੁਰਿੰਨ ਦੇ ਵਿੱਚ 1 ਡਿਗਰੀ ਅਤੇ ਬੀਨਸ ਦੇ ਵਿੱਚ 5 ਡਿਗਰੀ ਟੈਂਪਰੇਚਰ ਜਿਹੜਾ ਹੈਗਾ ਅੱਜ ਚੱਲ ਰਿਹਾ ਹੈ। ਇਸ ਤੋਂ ਬਾਅਦ ਜੇ ਆਪਾਂ ਗੋਲਡ ਰੇਟ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਯਾਨੀ ਕਿ ਅੱਜ 25 ਨਵੰਬਰ ਵਿੱਚ ਜਿਹੜਾ ਗੋਲਡ ਰੇਟ ਚੱਲ ਰਿਹਾ ਹੈ 22 ਕੈਰੇਟ ਜਿਹੜਾ ਗੋਲਡ ਹੈਗਾ ਉਹਦੀ ਕੀਮਤ 1 ਗ੍ਰਾਮ ਦੀ ਚੱਲ ਰਹੀ ਹੈ 7200 ਰੁਪਇਆ ਅਤੇ 10 ਗ੍ਰਾਮ 24 ਕੈਰੇਟ ਗੋਲਡ ਦੀ ਜਿਹੜੀ ਕੀਮਤ ਚੱਲ ਰਹੀ ਹੈ 78,550 ਰੁਪਏ। ਅਤੇ ਜੇਕਰ ਆਪਾਂ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ ਦਾ ਰੇਟ ਚੱਲ ਰਿਹਾ ਹੈ 91,500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੱਲ ਰਿਹਾ ਹੈ। ਇਸ ਅੱਜ ਦੀਆਂ ਕੁਝ ਖਾਸ ਖਬਰਾਂ, ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।